ਸਤਿ ਸ਼੍ਰੀ ਅਕਾਲ ਜੀ। ਪੰਜਾਬ ਪੁਲਿਸ ਕਾਂਸਟੇਬਲ ਭਰਤੀ ਨੂੰ ਲੈ ਕੇ ਇੱਕ ਹੋਰ ਬਹੁਤ ਵੱਡਾ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਆਇਆ। ਅੱਜ ਤੁਹਾਨੂੰ ਦੱਸਣ ਜਾ ਰਿਹਾ ਆਰਮਡ ਕੇਡਰ ਵਾਲੇ ਜਿਹੜੇ ਕਾਂਸਟੇਬਲ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਜੀ ਤੁਹਾਡੇ ਲਈ, ਸਟੂਡੈਂਟਾਂ ਵਾਸਤੇ। ਕੀ ਹੈ ਜੀ ਖੁਸ਼ਖਬਰੀ? 16 ਜੁਲਾਈ ਨੂੰ ਉਹਨਾਂ ਨੂੰ ਬੁਲਾਇਆ ਜਾ ਰਿਹਾ ਜੀ ਬਾਇਓਮੈਟ੍ਰਿਕ ਅਤੇ ਹੋਰ, ਠੀਕ ਹੈ ਜੀ, ਬੁਲਾਇਆ ਜਾ ਰਿਹਾ ਸਾਰੇ ਬੱਚਿਆਂ ਨੂੰ ਬਾਇਓਮੈਟ੍ਰਿਕ ਕਰਾਉਣ ਵਾਸਤੇ। ਅਤੇ ਉਹੀ ਅਪਡੇਟ ਤੁਹਾਡੇ ਸਾਹਮਣੇ ਰੱਖਣੀ ਹੈ ਜੀ ਅੱਜ। ਅਪਡੇਟ ਕੀ ਹੈ ਤੁਸੀਂ ਦੇਖ ਸਕਦੇ ਹੋ ਜੀ, ਇਹ ਲੈਟਰ ਜਾਰੀ ਹੋਇਆ ਜੀ 13 ਤਰੀਕ ਨੂੰ, ਠੀਕ ਹੈ। ਕਿਹਦੇ ਵਾਸਤੇ ਹੈ ਜੀ ਇਹ? ਜਿਹੜੇ ਜਿਹੜੇ ਸਟੂਡੈਂਟ 2343 ਸਟੂਡੈਂਟ ਨੇ ਜੀ ਭਰਤੀ, ਇਹ ਕਿਹੜੇ ਸਟੂਡੈਂਟ ਨੇ ਜੀ? ਆਰਮਡ ਕੇਡਰ ਵਾਲੇ, ਉਹਨਾਂ ਦਾ ਬਾਇਓਮੈਟ੍ਰਿਕ ਹੋਣਾ, ਠੀਕ ਹੈ, ਜਿਸ ਲਈ ਬੁਲਾਇਆ ਜਾ ਰਿਹਾ ਹਰ ਇੱਕ ਬਟਾਲੀਅਨ ਦੇ ਵਿੱਚ ਅਲੱਗ ਅਲੱਗ 16 ਤਰੀਕ ਨੂੰ, ਠੀਕ ਹੈ ਜੀ, 16/7 ਦਿਨ ਸ਼ਨੀਵਾਰ ਨੂੰ 9 ਵਜੇ, ਠੀਕ ਹੈ, ਵੈਰੀਫਿਕੇਸ਼ਨ ਵਾਸਤੇ ਅਲੱਗ ਅਲੱਗ ਸੈਂਟਰਾਂ ਵਿੱਚ ਹੋਵੇਗਾ। ਇਹ A to Z ਬੱਚਿਆਂ ਨੇ ਪਹੁੰਚਣਾ ਜੀ, ਜਿਹੜੇ ਜਿਹੜੇ ਆਰਮਡ ਕੇਡਰ ਵਿੱਚ ਸਿਲੈਕਟ ਨੇ। ਅਤੇ ਆਹ ਬਟਾਲੀਅਨ ਨੇ ਤੁਸੀਂ ਦੇਖ ਸਕਦੇ ਹੋ, ਆਹ ਲਿਖਿਆ ਹੋਏ ਨੇ 13 BPNCDO, ਠੀਕ ਹੈ। ਆਹ ਇਹਨਾਂ ਦੇ ਐਡਰੈਸ ਹੈ ਜਿੱਥੇ ਪਹੁੰਚਣਾ ਬਾਈ ਚਾਂਸ ਤੁਹਾਡੇ ਕੋਲ, ਠੀਕ ਹੈ। ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਆਹ ਮੋਬਾਈਲ ਨੰਬਰ ਵੀ ਇਹਨਾਂ ਦੇ ਦਿੱਤੇ ਗਏ ਨੇ, ਤੁਸੀਂ ਇਹਨਾਂ ਨੰਬਰਾਂ 'ਤੇ ਕਾਲ ਵੀ ਕਰ ਸਕਦੇ ਹੋ, ਠੀਕ ਹੈ। ਕੋਈ ਐਡੀ ਗੱਲ ਨਹੀਂ ਹੈਗੀ, ਤੁਸੀਂ ਉੱਥੇ ਪਹੁੰਚੋ, ਬਾਇਓਮੈਟ੍ਰਿਕ ਕਰਕੇ ਆਓ, ਠੀਕ ਹੈ। ਬਾਕੀ ਹਜੇ ਡਿਸਟ੍ਰਿਕਟ ਕੇਡਰ ਵਾਲਿਆਂ ਦਾ ਹਜੇ ਪ੍ਰੋਸੈਸ ਚੱਲ ਰਿਹਾ, ਉਹਨਾਂ ਦਾ ਵੀ ਜਲਦ ਹੀ, ਠੀਕ ਹੈ, ਇਹ ਸਾਰਾ ਪ੍ਰੋਸੈਸ ਕੰਪਲੀਟ ਹੋਵੇਗਾ। ਅਤੇ ਦੋਨਾਂ ਨੂੰ, ਆਰਮਡ ਕੇਡਰ ਅਤੇ ਡਿਸਟ੍ਰਿਕਟ ਕੇਡਰ ਦੋਨਾਂ ਨੂੰ ਇਕੱਠੇ ਹੀ ਜੁਆਇਨਿੰਗ ਲੈਟਰ ਮਿਲਣਗੇ। ਬਾਕੀ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਨੀਚੇ ਕਮੈਂਟ ਕਰ ਸਕਦੇ ਹੋ। ਇਸੇ ਤਰ੍ਹਾਂ ਦੀ ਅਪਡੇਟ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ।